الفاظ نہیں توصیف
मैं आज मुकम्मल मदरसा चौथे शहर शाह पढ़ा।
مكمل من الله وكان الرسول الله عالم نقول هو لك لك بسم الله كرام تو انا كرور كرور بسم الله كرام امام زين العابد من شان شاہ مجھے عزتدار ایک اچھے ہوئے ہو کہ آؤ گھر کے عبادت کریے یزید کا دربار ہے چوتھا علی دربار کے وچ موجود ہے ساری زندگی کا بادشاہ نے مسائل سنے اگر اگر میں ڈاکٹر کو اجازت دیو امام زین العابدین شہنشاہ مطلب خطبہ بہت طویل ہے بہت لمبا خطبہ ہے میں لمبا نہیں کرتا جتنا چھوڑوں کے وہاں پڑھا میرے بیٹھے بیٹھے تو ہم کو سمجھ آئیں گے چھوٹے جب بچے کو پتہ ہے کہ امام زین العابدین شہنشاہ مطلب فضائل پڑھ رہے ہیں ذاکر صاحب نارا مارنا ہے نارا ہے حیدری یزید بے غیرت تخت پہ آ کے بیٹھا تنزل میں بادشاہ چوتھے امام کے پاس لے کے سجاد تسی ہاشمی ہار گئے ہو میں جتنی ہوں کر لیا کرو لعنت یزید پہ لعنت یزید کی جمع لالی کے لانا بڑی خیال ہوئے امام زمانہ کا کوئی سارا موقع آ جاتا ہے بڑی نسل آباد ہو پڑ لیکن میرے پاس بادشاہ فرمایا تو کیوں دیکھ کے ہے میرے مولا نے پاس سے دیکھ کے اللہ بھامے کہہ دیے ہیں تو تم ہی علی میرا دربار تیرے گل اس تاؤ کے تیرا سر جھکیا ہوا ہے میرے تاؤ دی وجہ تو جے ویلے اس چاہت نے کی گل کیتی ہے تیرے تو میرے چوتھے امام خطبہ شروع کیتا ہے جڑا تہاڈی امانت دے جوڑیاں دراز کرو تو میں تہاڈے حوالے کراں بادشاہ کر کے کی یہ وجہ میں بادشاہ اپنا تعارف کرائے گھر کے لیے میں مجھے اندیا ہے تیرے اب
बच्चा नशा कितने कर गया। क्या बात है भाई, माँ प्यो नसीब हो गए, हमेशा सलामत रहो, तारफ सुन रहा है, पूरी तवज्जो का तालबा मेरे मालिक अपना तारफ फरमा रहा है, मेरा तारफ नहीं अपना इकतदार भी नाल दस रहा है। भावे कह दिए हे तहली पर नौकरा, बहुत बड़ा शेर तुम्हारे हवाले कर रहे हैं, तवज्जो करना गल के लिए की हाशमी, तुम सारे यार बड़े जलालिया वाले हो,
ਤੇਰਾ ਬਾਬਾ ਕਰਬਲਾ ਦੇ ਵਿੱਚ ਮਾਰ ਗਿਆ, ਦਾੜੂ ਦਾ ਕਰਬਲਾ ਲੈ ਗਿਆ, ਸਾਰ ਇਹ ਮੌਜੂਦ ਹੈ ਤੇ ਜਲਾਲ ਅੱਜ ਵੀ ਤੇਰੇ ਲਹਿਜੇ ਦੇ ਵਿੱਚ ਅਲੀ ਵਾਲਾ ਹੈ। مالک اور تیرا دیوار تسا حق ادا کیتا ہے گل کے لیے رکھی ਸਰ ਦੇ ਪਲ
ਮੌਲਾ ਕਰਮਜਦ ਦੀ ਸ਼ਾਨ ਦਿਖਾਵੇ ਤੇ ਇਨਸ਼ਾਅੱਲਾ ਕੱਲਾ ਨਾ ਜਾਵੇ, ਨਾਲ ਤੇਰੀ ਧੀ ਵੀ ਹੋਵੇ। ਉਹ ਤੁਹਾਡੀਆਂ ਧੀਆਂ ਨੂੰ ਫੁੱਲ ਦਿਓ, ਇਨਸ਼ਾਅੱਲਾ ਆਪਣੇ ਕੰਮਾਂ ਦੇ ਵਿੱਚ ਵਹਿਰ ਨਾ ਕਰੋ। ਪਹਿਲਾ ਕਦਮ ਬਾਜ਼ਾਰ ਦੇ ਵਿੱਚ ਆਏ, ਮੇਰੇ ਮੌਲਾ ਸੱਜਾਦ ਦਾ ਜਿਗਰ ਫਿਸ ਗਿਆ ਬਾਜ਼ਾਰ ਸ਼ਾਮ ਦੇ ਵਿੱਚ। ਰਾਤ ਜਾਰੀ ਹੋਈ ਅੱਖਾਂ ਦੇ ਰਾਹ ਛੱਲਾ ਆਪਣੇ ਕੰਮਾਂ ਦੇ ਵਿੱਚ ਨਾ ਰੋਵੇ। ਇਹ ਦਮਿਸ਼ ਦੇ ਮੌੜਾਂ ਦਾ ਮਕਤੂਲ ਇਮਾਮ ਹੈ, ਚੱਬੀ ਮੁਹੱਰਮ ਹੈ। ਅੱਛਾ ਇਹ ਗੱਲ ਦਾ ਜਵਾਬ ਦਿਓ, ਜਿਗਰ ਤਾਂ ਸ਼ਾਮ ਦਾ ਬਾਜ਼ਾਰ ਖਾ ਗਿਆ, ਇਸ ਬਾਦਸ਼ਾਹ ਨੂੰ ਜ਼ਹਿਰ ਦੇਣ ਦੀ ਲੋੜ ਹਾਂ? ਵਾਹ ਬਈ ਵਾਹ, ਬੱਲਾ ਹੋਵੇ ਬੱਲਾ ਹੋਵੇ, ਦੇਰ ਨਾ ਹੋ ਜਾਵੇ। ਤੁਹਾਡੀਆਂ ਧੀਆਂ ਦੇ ਪਰਦੇ ਹੋਣ, ਬਸ ਗੱਲ ਮੁਕਾਵਾਂ। ਸ਼ਾਮ ਦੇ ਪਾਸੇ ਮੂੰਹ ਕਰਕੇ ਸੈਯਦ ਸਾਜਦੀਨ ਨੂੰ ਜ਼ਹਿਰ ਮਿਲੀ ਹੋਈ ਹੈ ਤੇ ਔਖਾ ਵਹਿਮ ਕੀਤਾ ਨੇ, ਰੋ ਕੇ ਫਰਮੇ ਦਾਦੀ ਮੈਨੂੰ ਜ਼ਹਿਰ ਮਿਲ ਗਈ ਹੈ, ਮੈਂ ਮਜਬੂਰ ਹਾਂ। ਬਾਕੀ ਰੰਗ ਨੂੰ ਸ਼ਹਿਨਸ਼ਾਹ ਦੇ ਸਾਜਦ ਦੇ ਦਿਨ ਕਰੀਬ ਆਏ, ਟੱਕਰ ਮਾਰ ਕੇ ਤੇ ਬਾਬਾ ਕਹਿੰਦੇ ਨਾਲ ਗਾਲੀ ਪੈ ਕੇ ਦਿੰਦੇ ਹੋ। ਬਾਦਸ਼ਾਹ ਨੇ ਦੋ ਗੱਲਾਂ ਨਾਰਾਜ਼ ਕੀਤੀਆਂ, ਤੀਰ ਪਈ ਹੈ ਇੱਕ ਪੁਰਾਣੀ ਦੀ ਕਬਰ ਹੈ, ਇੱਕ ਚਿੱਟੇ ਸਾਰਾ ਦੀ ਬੀਬੀ ਹੈ ਜਿਹੜੀ ਰੋ ਰੋ ਕੇ ਆਦੀ ਕੋਈ ਸੱਜਾਦ ਮੈਂ ਤਾਂ ਮਰ ਵੈਸਾ ਪੜ੍ਹਦੇਨਾ। ਅੱਲਾ ਗਵਾਹ ਹੈ ਜਿਵੇਂ ਗਿੱਲਾ ਦਿੱਤਾ ਹੈ ਨਾ, ਇਜਾਜ਼ ਇਮਾਮਤ ਦੇ ਨਾਲ ਬਾਕਰ ਉਹਨਾਂ ਨੂੰ ਲੋਕ ਪਹੁੰਚੇ। ਆਵਾਜ਼ ਦੇ ਦਾਦੀ ਗਿੱਲੇ ਨਾ ਦੇ, ਮੈਂ ਆ ਗਿਆ। ਬਿਸਮਿਲਲਾ ਪੜ੍ਹ ਕੇ ਆਵਾਜ਼ ਦੇ ਗਿਆ ਦਿਲ ਸੱਜਾਦ ਹੈ, ਨਹੀਂ ਦਾਦੀ ਮੈਂ ਸੱਜਾਦ ਦਾ ਪੁੱਤਰ ਬਾਕੇ ਨਾ, ਤੇ ਮੇਰਾ ਸੱਜਾਦ ਕਿਉਂ ਨਹੀਂ ਆਇਆ? ਕਿਉਂਕਿ ਫਰਮਾਇਆ ਦਾਦੀ ਮੇਰੇ ਬਾਬੇ ਨੂੰ ਜ਼ਹਿਰ ਮਿਲ ਗਈ ਹੈ। ਗਰੀਬਾਂ ਇਜਾਜ਼ ਇਮਾਮਤ ਦੇ ਨਾਲ ਵਾਪਸ ਫੱਲੇ। ਕਿਹੜਾ ਮੰਜ਼ਰ ਨਜ਼ਰ ਆਇਆ ਹੈ ਤੇਰੇ ਤੇ ਮੇਰੇ ਚੌਥੇ ਇਮਾਮ ਨੂੰ ਜ਼ਹਿਰ ਜਿਗਰ ਦੇ ਅਸਰ ਕੀਤਾ ਹੈ। ਕਦਾ ਉਹ ਦੀਵਾਰ ਦਾ ਭਰੋਸਾ ਲੈਂਦੇ, ਕਦਾ ਉਹ ਦੀਵਾਰ ਨੂੰ ਚੁੰਮਦੇ, ਕਦਾ ਇਸ ਦੀਵਾਰ ਨੂੰ ਚੁੰਮਦੇ। ਸ਼ਾਮ ਦੇ ਪਾਸੇ ਲੋਕ ਕੀਤਾ ਨੇ ਅਕਲ ਮਾਰ ਕਦਰ ਪਾਸੂ ਬਾ
ਪਰਿਵਾਰ ਤੁਹਾਡੀਆਂ ਨਹੀਂ ਅਨਪੜ੍ਹ ਦੇ ਹੋਣ ਤੇਰੇ ਤੇ ਮੇਰੇ ਮਾਂ ਦਾ ਤੂੰ ਪ੍ਰਵਾਸ ਕਰ ਗਿਆ ਹੈ ਮੈਂ ਸਾਹਮਣੇ ਕਾਹਦੇ ਅਕਬਰ ਦਾ ਮੈਂ ਤੂੰ
छोटा